60,000 ਰੁਪਏ ਵਾਪਸ ਨਾ ਕਰਨ ਦੇ ਉੱਤੇ ਗੋਲੀਆਂ ਚੱਲੀਆਂ ਨੇ। ਦੱਸ ਦਈਏ ਕਿ ਦੋਵੇਂ ਧਿਰਾਂ ਆਮੋ ਸਾਹਮਣੇ ਹੋਈਆਂ ਨੇ, ਜਿਸ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਦੇ ਵੱਲੋਂ ਇੱਕ ਦੂਸਰੇ ਵਿਅਕਤੀ ਨੂੰ 60,000 ਰੁਪਏ ਉਧਾਰੇ ਦਿੱਤੇ ਗਏ ਸੀ, ਪਰ ਜਦੋਂ ਉਸਨੇ ਪੈਸੇ ਦੇਣ ਦੇ ਲਈ ਵਾਪਸ ਉਸਨੂੰ ਬੁਲਾਇਆ ਤਾਂ ਉੱਥੇ ਬੁਲਾ ਕੇ ਉਸਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕੁੱਟਮਾਰ ਕੀਤੀ ਗਈ ਹੈ। ਤਾਂ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ। ਆਏ ਦਿਨ ਗੋਲੀਆਂ ਚਲਾ ਕੇ ਜਾਂ ਤਾਂ ਕਤਲ ਕੀਤੇ ਜਾਂਦੇ ਹਨ ਜਾਂ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਅੱਜ ਇੱਕ ਵਾਰ ਫਿਰ ਤੋਂ ਹਲਕਾ ਜੰਡਿਆਲਾ ਦੇ ਪਿੰਡ ਤਾਰਾਗੜ੍ਹ ਤਲਾਵਾਂ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਧਿਰ ਆਪਣੇ ਪੈਸੇ ਲੈਣ ਦੇ ਲਈ ਜਦੋਂ ਗਈ ਤਾਂ ਦੂਜੀ ਧਿਰ ਦੇ ਵੱਲੋਂ ਕੁਝ ਨੌਜਵਾਨ ਬੁਲਾ ਕੇ ਉਹਨਾਂ 'ਤੇ ਗੋਲੀਆਂ ਚਲਾਈਆਂ ਗਈਆਂ। ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਉਸ ਤੋਂ ਬਾਅਦ ਇੱਟਾਂ ਰੋੜੇ ਵੀ ਉਹਨਾਂ ਦੇ ਉੱਤੇ ਵਰਸਾਏ ਗਏ ਨੇ, ਜਿਸ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਹਨ ਅਤੇ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਪੀੜਿਤ ਪਰਿਵਾਰ ਨੇ ਇਸ ਮੌਕੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਹਨਾਂ ਨੇ 60,000 ਰੁਪਏ ਕਿਸੇ ਤੋਂ ਲੈਣੇ ਸੀ ਅਤੇ ਜਦੋਂ ਉਸ ਵਿਅਕਤੀ ਨੇ ਫੋਨ ਕਰਕੇ ਉਸਨੂੰ 60,000 ਰੁਪਏ ਦੇਣ ਦੇ ਲਈ ਬੁਲਾਇਆ ਤਾਂ ਉੱਥੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਕੁੱਟਮਾਰ ਕੀਤੀ ਹੈ, ਗੋਲੀਆਂ ਚਲਾਈਆਂ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਜਾਨ ਤੋਂ ਮਾਰਨ ਦੀ ਨੀਅਤ ਦੇ ਨਾਲ ਉਸਦਾ ਕਹਿਣਾ ਹੈ ਕਿ ਇਹ ਹਮਲਾ ਕੀਤਾ ਗਿਆ ਸੀ, ਪਰ ਉਹਨਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਹੈ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਾਜਨ ਗੁੱਜਰ ਕੋਲ, ਇੱਥੇ ਤਲਾਵੇਂ ਦਾ ਸਾਜਨ ਗੁੱਜਰ, ਇਹਦੇ ਕੋਲੋਂ 60,000 ਰੁਪਇਆ ਲੈਣ ਵਾਲਾ ਹੈ ਮੇਰੇ ਬ੍ਰਦਰ ਦਾ। ਇਹਨਾਂ ਦਾ ਲੈਣ ਦੇਣ ਸੀ ਅਤੇ ਬ੍ਰਦਰ ਮੇਰਾ ਪੈਸੇ ਲੈਣ ਗਿਆ, ਪੁੱਛਣ ਗਿਆ ਇਹਨਾਂ ਕੋਲੋਂ ਅਤੇ ਨਾ ਉੱਥੇ ਉਹਨਾਂ ਪਹਿਲਾਂ ਸੱਟਾਂ ਲਾਈਆਂ। ਵੰਸ਼ਪ੍ਰੀਤ ਬਹੁਤ ਜ਼ਿਆਦਾ ਸੀਰੀਅਸ ਆ, ਗੁਰੂ ਨਾਨਕ ਹੋਸਪਿਟਲ ਦੇ ਵਿੱਚ ਦਾਖਲ ਹੋਇਆ ਵਾ। ਉੱਥੇ ਵੰਸ਼ਪ੍ਰੀਤ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ, ਹੋਸ਼ ਨਹੀਂ ਕਰਨ ਡਿਆ ਅਤੇ ਨਾ ਬਹੁਤ ਜ਼ਿਆਦਾ ਫਾਇਰਿੰਗ ਕੀਤੀ। ਇੱਥੇ 10-15 ਫਾਇਰਿੰਗ ਕੀਤੀ ਹੋਣੀ ਮੇਰੇ ਖਿਆਲ ਨਾਲ। ਆਵੇ ਕੰਧਾਂ ਦੇ ਵਿੱਚ ਨਿਸ਼ਾਨ ਹੈ ਉਹਨਾਂ ਦੇ ਅਤੇ ਇੱਕ ਮੋਣੂ ਮੱਲੀਆਂ ਦਾ ਮੁੰਡਾ ਵਾ, ਉਹਨੇ ਵੀ ਬਹੁਤ ਜ਼ਿਆਦਾ ਫਾਇਰਿੰਗ ਕੀਤੀ ਹੈ। ਇੰਨੇ ਕੁ ਦੋ ਕੁ ਬੰਦੇ ਦਾ ਸਾਨੂੰ ਨਾ ਪਤਾ, ਇੱਕ ਬੁੱਧੂ ਆ, ਇਹਨਾਂ ਬਹੁਤ ਜ਼ਿਆਦਾ ਇੱਥੇ ਆ ਕੇ ਹੱਲੜਬਾਜ਼ੀ ਬਹੁਤ ਜ਼ਿਆਦਾ ਕੀਤੀ ਆ। ਅਸੀਂ ਆਪਣੀ ਜਾਨ ਬਹੁਤ ਤਰੀਕੇ ਨਾਲ, ਇਹ ਤਿੰਨਾਂ ਭਰਾਵਾਂ ਨੇ ਬਹੁਤ ਜਾਨ ਆਪਣੀ ਆਪ ਖੁਦ ਇੰਦਰਾ ਵੜ ਕੇ ਬਚਾਈ ਆ। ਬਹੁਤ ਜ਼ਿਆਦਾ ਇਹਨਾਂ ਇੱਥੇ ਆ ਕੇ ਮੁਲਕ ਇਕੱਠਾ ਹੋਇਆ। ਤੁਹਾਨੂੰ ਵੀਡੀਓ ਘੱਟੋ ਘੱਟ ਨਹੀਂ ਮੇਰੇ ਖਿਆਲ ਨਾ 10-20 ਜਾਣੇ ਤਾਂ ਹੈ ਹੀ ਆ, 20 ਜਾਣੇ ਹੈਗੇ ਸੀ। ਬਹੁਤ ਜ਼ਿਆਦਾ ਇੱਥੇ ਟਰੋੜਾ ਬਹੁਤ ਜ਼ਿਆਦਾ ਚਲਾਇਆ। ਵੇਖੋ ਸਾਡੇ ਬੂਹੇ ਦੇ ਬਾਹਰ ਕੀ ਪਿਸਤੌਲ ਆ, ਮੋਨੂ ਕੋਲ ਪਿਸਤੌਲ ਸੀ, ਸਾਜਨ ਗੁੱਜਰ ਕੋਲ ਪਿਸਤੌਲ ਸੀ, 3-4 ਪਿਸਤੌਲ ਸੀ ਉਹਨਾਂ ਕੋਲ। ਫਾਇਰਿੰਗ ਬਹੁਤ ਜ਼ਿਆਦਾ ਇੱਥੇ ਆਈ ਆ, ਅਸੀਂ ਤਾਂ ਆਪਣੇ ਅੰਦਰ ਵੜ ਕੇ ਆ ਕੇ ਜਾਨ ਬਚਾਈ ਆ। ਮੰਗ ਅਸੀਂ ਇਹੋ ਕਰਦੇ ਹਾਂ ਕਿ ਇਹਨਾਂ ਦਾ ਕੰਮ ਹੀ ਇਹੋ, ਇੱਕ ਹਿਸਾਬ ਦੇ ਅੱਤਵਾਦੀਏ ਬਣੇ ਆ। ਸਾਜਨ ਆ, ਗੁੱਜਰ, ਬੁੱਧੂ, ਮੋਨੂ, ਇਹ 3 ਜਾਣੇ ਤਾਂ ਬਹੁਤ ਅੱਤਵਾਦੀ ਇੱਕ ਹਿਸਾਬ ਦੇ ਬਣੇ ਬਹੁਤ ਜ਼ਿਆਦਾ। ਇੱਥੇ ਜਿਹੜਾ ਵੀ ਆਉਂਦਾ ਵਾ, ਪਹਿਲਾਂ 1-2-5-6 ਦਿਨ ਹੋ ਗਏ ਪਹਿਲਾਂ ਲੜਾਈ ਇਹਨਾਂ ਕੀਤੀ, ਉਹਨਾਂ ਦੇ ਘਰ ਵਜਾ ਕੇ ਉਹਨਾਂ ਨੇ ਬਹੁਤ ਇੰਨਾ ਜ਼ਿਆਦਾ ਕੁੱਟਿਆ। ਮੇਰੇ ਭੂਆ ਦੇ ਮੁੰਡਿਆਂ ਨੂੰ ਇਹਨਾਂ ਵੀ ਪਹਿਲਾਂ ਬਹੁਤ ਜ਼ਿਆਦਾ ਕੁੱਟਿਆ। ਇਹ ਕੰਮ ਹੀ ਇਹੋ ਕਰਦੇ ਆ ਜੀ, ਇਹਨਾਂ ਦਾ ਸਾਜਨ ਗੁੱਜਰ ਬੁੱਧੂ ਇਹੋ ਕੰਮਾਂ ਦੇ ਵਿੱਚ ਹੈ, ਲੜਾਈ ਦੇ ਵਿੱਚ ਹੈ। ਕੀ ਨਾਮ ਆਪਣਾ? ਰਾਜਵੀਰ ਸਿੰਘ, ਰਾਜਵੀਰ ਪਿੰਡ ਸੱਟਿਆਂ ਵਾਲੀ। ਭਾਅ ਜੀ, ਕੀ ਮਸਲਾ ਸੀ ਸਰ? ਇੱਦਾਂ ਝਗੜਾ ਹੈ ਭਾਅ ਜੀ, ਕੋਲ 60,000 ਰੁਪਏ ਦਾ ਰਾਤ ਦਾ ਰਾਵੀਰ ਨੇ ਬੁੱਧੂ ਮੁੰਡਾ ਨੇ 60,000 ਰੁਪਏ ਦਾ ਲਿਆ ਆਪਣੇ ਕੋਲ। ਹਾਂਜੀ, ਲਿੱਤਾ ਆਪਣੇ ਕੋਲ। ਆਪਾਂ ਨੇ ਨਾ ਕਰਾਰ ਕਰ ਲਿਆ, ਕਹਿੰਦਾ ਅੱਜ ਦਾ ਆਪ ਦੇਣਾ ਆਪਾਂ ਨੂੰ, ਕਹਿੰਦੇ ਪੈਸੇ ਦੇਣੇ ਆ ਜਾਓ ਆਪਣਾ। ਆਪਾਂ ਲੈਣ ਗਏ ਨਾ, ਪਹਿਲਾਂ ਮੁੰਡੇ ਮੁੰਡੇ ਇਕੱਠੇ ਕੀਤੇ ਆਪਾਂ ਨੂੰ, ਕਿੱਥੇ ਸੱਦਿਆ ਜਗ੍ਹਾ 'ਤੇ ਆਪਾਂ ਗਏ ਖਲੋਤੇ ਦੁਕਾਨ ਦੇ ਗਾੜੀ, ਪੈਸੇ ਦੇਣ ਲੱਗੇ ਆ, ਪੈਸੇ ਕੋਈ ਦਿੱਤੇ ਮੈਨੂੰ ਸਾਈਡ 'ਤੇ ਖੜ ਕੇ ਸੱਟਾਂ ਮਾਰਨ ਡਾ ਪਏ ਆ, ਨਾਲ ਮੁੰਡੇ ਬਾਹਰ ਦੇ ਉਹਨਾਂ ਦੇ ਇੱਕ ਮੰਨੂ ਮੱਲੀਆਂ ਦਾ ਮੁੰਡਾ ਮੋਨੂ, ਉਹਦੇ ਬਾਰੇ ਪਤਾ, ਬਾਕੀ ਆਪਣੇ ਮੁੰਡਿਆਂ ਬਾਰੇ ਪਤਾ। ਇੱਕ ਸਾਜਨ ਗੁੱਜਰ ਵਾ, ਇੱਕ ਬੁੱਧੂ ਆ, ਟੋਟਲ 10-12-15 ਟੋਟਲ ਇੰਨੇ ਕੁ ਲਾਗੇ ਬਣੇ। ਜੱਜਮੈਂਟ ਹੈਗੀ ਆ, ਬੰਦੇ ਵਾਹਵਾ ਜਾਂਦੇ ਦਾਤਰੀ, ਦੋ ਜਣੇ ਫਾਇਰ ਕੱਢੇ, ਚਾਰ ਫਾਇਰ ਵਾਹੀ ਕੱਢੇ ਆ,
ਹਾਂ ਉੱਥੇ ਦੁਕਾਨ 'ਤੇ ਕੈਮਰੇ ਹੈਗੇ ਲੱਗਦੇ, ਪੱਕਾ ਫਰਮ ਨਹੀਂ ਹੈਗਾ ਮੈਨੂੰ, ਲੱਗਦਾ ਵਾ ਮੈਨੂੰ ਉੱਥੇ ਕੈਮਰੇ ਹੈਗੇ ਆ, ਕਿਉਂਕਿ ਬਹੁਤ ਕੌਣ ਜਾਣੋ ਪਿੰਡ 'ਚ ਮੇਰਾ ਘੱਟ ਵਾ ਮੌਕੇ, 2 ਘੰਟੇ ਪਹਿਲਾਂ ਪੁਲਿਸ ਪਹੁੰਚੀ ਭਾਅ ਜੀ, ਮੰਗ ਆਪਾਂ ਪੁਲਿਸ ਕੋਲ ਇਨਸਾਫ ਲੈਣਾ ਚਾਹੁੰਦੇ ਹਾਂ, ਆਪਾਂ ਵਧੀਆ ਹੱਕ ਦਿੱਤਾ ਜਾਵੇ ਆਪਣਾ, ਅਤੇ ਸੱਟਾਂ ਆਪਣੇ ਦੋਵਾਂ ਭਰਾਵਾਂ ਦੇ ਸਾਡੇ ਲੱਗੀਆਂ, ਵੰਸ਼ਪ੍ਰੀਤ ਸਿੰਘ ਵਾ ਅਤੇ ਰਾਜ, ਹਾਂਜੀ ਦੋਵਾਂ ਬੰਦੇ ਨੇ ਆਪਣੇ ਸੱਟਾਂ, ਉਹ 15-16 ਨੇ ਹਮਲਾ ਕੀਤਾ ਆਪਣੇ 'ਤੇ, ਅਤੇ ਇੱਕ ਉਹਨਾਂ ਕੋਲ ਮੇਰੀ ਮੋਬਟ ਵਾ, 3 ਫੋਨ ਆਪਣੇ, 10,000 ਰੁਪਇਆ ਵਾ, ਘੜੀ ਇੱਕ ਘੜੀ, ਹਾਂ ਨਹੀਂ ਹਾਂਜੀ ਮੋਬਟ ਸਕੂਟਰੀ, ਹਾਂਜੀ ਉਹ ਸਕੂਟਰੀ ਉਹਨਾਂ ਦੇ ਕੋਲ ਹੀ ਆ, ਹਾਂ ਸਕੂਟਰੀ ਖੜੀ ਆ, ਘੜੀ ਘੜੀ ਖੜੀ ਇੱਕ ਮੇਰੀ, 3 ਫੋਨ ਵਾ, 10,000 ਰੁਪਇਆ ਰਹਿਣ ਦਿਓ। ਮੇਰਾ ਨਾਮ ਮਨੋਹਰ ਸਿੰਘ, ਪਿੰਡ ਸੱਕਿਆਂ ਵਾਲੀ, ਮਸਲਾ ਪੈਸਿਆਂ ਦਾ ਸੀ, ਕਾਕਾ ਆਇਆ ਆਪਣੀ ਭੂਆ ਕੋਲ ਮੁੰਡੇ, ਉਸ ਕੋਲ ਯਾਰ ਦੋਸਤ ਸੀ, ਪਹਿਲਾਂ ਪੜ੍ਹਦਾ ਰਿਹਾ, ਪੈਸੇ ਲੈਣੇ ਸੀ ਪੈਸਿਆਂ ਤੋਂ, ਉਹਨਾਂ ਮੁੜ ਕੇ ਇਹਨਾਂ ਨਾਲ ਝਗੜਾ ਕਰ ਲਿਆ, ਅਤੇ ਇਹ ਪਹਿਲਾਂ ਆਏ ਆ, ਇਹਨਾਂ ਦੇ ਸੱਟਾਂ ਲਾ ਤੀਆਂ, ਅਸੀਂ ਆਏ ਹਾਂ, ਸਾਨੂੰ ਵੀ ਗੋਲੀ ਛਿੱਕਾ ਚਲਾਉਣ ਡਿਆ ਪਏ 5-7 ਇਹਨਾਂ ਨੂੰ, ਹਾਂ ਮੇਰੇ ਵੀ ਲੱਗੀ ਇੱਥੇ ਕੰਨ 'ਤੇ ਦਰੋੜਾ ਮਾਰਿਆ, ਸਾਡੇ ਵੀ ਗਲ ਪੈ ਗਏ, ਅਸੀਂ ਆਏ ਹਾਂ, ਅਤੇ ਅਸੀਂ ਤਾਂ ਉਹਨਾਂ ਕੋਲ ਹਥਿਆਰ ਇੱਕ ਪਿਸਤੌਲ ਸੀ ਅਤੇ ਦਾਤਰ ਕਿਰਪਾਨਾ ਸੀ, ਸਾਨੂੰ ਤਾਂ ਲਿਆਈ ਪੁਲਿਸ ਕੱਢ ਕੇ ਮੁੜ ਕੇ, ਹਾਂ ਅਸੀਂ ਕੋਠੇ 'ਤੇ ਚੜ੍ਹ ਕੇ ਬਚੇ, ਕੋਠੇ ਤੋਂ ਅਸੀਂ ਵੀ ਰੋਡਾਂ ਮੁੜ ਕੇ ਮਾਰ ਦਿੰਦੇ, ਮੰਗ ਇਹੋ ਕਰਦੇ ਹਾਂ ਵੀ ਸਾਡੀ ਹੱਕ ਰੱਸੀ ਹੋਣੀ ਚਾਹੀਦੀ ਹੈ। ਝਗੜਾ ਹੋਇਆ ਜੀ ਰਾਜਗੀਰ ਦਾ, ਪਿੰਡ ਸੱਕਿਆਵਾਲੀ ਦਾ, ਅੱਛਾ ਜੀ, ਇਹਨੇ 60,000 ਰੁਪਇਆ ਬੁੱਧੂ ਨਾਂ ਦਾ ਮੁੰਡਾ ਇੱਥੋਂ ਦਾ 1.5 ਸਾਲ ਪਹਿਲਾਂ ਦਿੱਤੇ, ਅੱਜ ਇਹਦੇ ਨਾਲ ਦਾ ਵੰਸ਼ ਭਰਾ ਲੈਣ ਵਾਸਤੇ ਆਏ ਇੱਥੇ ਆਪਣੀ ਤੁਲਨਾ ਹੋ ਗਈ, ਉਹਨਾਂ ਬੁੱਧੂ ਨੇ ਆਪਣੇ ਨਾਲ ਪਿੰਡ ਦੇ ਹੋਰ ਮੁੰਡੇ ਸੱਦ ਲਏ, ਬਾਹਰੋਂ ਸੱਦ ਲਏ, ਉਹ ਆਪੋ ਜੀ ਰੋਡਾ ਬੜਾ ਚਲਾਇਆ। ਕਿੰਨੇ ਬੰਦੇ ਜ਼ਖਮੀ ਹੋਏ ਜੀ? 2 ਜ਼ਖਮੀ ਹੋਏ, ਵੰਸ਼ਪ੍ਰੀਤ, ਇੱਕ ਰਾਜ। ਕਿੰਨੇ ਫਾਇਰਿੰਗ ਵੀ ਕੀਤੀ ਗਈ ਹੈ? ਹਾਂਜੀ ਦੱਸਿਆ ਜਾ ਰਿਹਾ ਫਾਇਰਿੰਗ ਵੀ ਕੀਤੀ ਗਈ, ਹਾਂ ਫਾਇਰਿੰਗ ਕੀਤੀ ਇਹਨਾਂ ਨੇ, ਬਾਕੀ ਮੌਕੇ ਤਸਦੀਕ ਕਰ ਰਹੇ ਹਾਂ। ਕਿੰਨੇ ਫਾਇਰ ਜਿਹੜੇ ਕੀਤੇ ਗਏ? ਇਹਨਾਂ ਦੇ ਕਹਿਣ ਮੁਤਾਬਕ 5-6 ਫਾਇਰ ਹੋਏ, ਬਾਕੀ ਤਸਦੀਕ ਕਰਨ ਤੋਂ ਬਾਅਦ ਪਤਾ ਲੱਗੇਗਾ ਕਿੰਨੇ ਫਾਇਰ। ਕਿੰਨੇ ਆਪਸੀ ਦੋਵਾਂ ਧਿਰਾਂ ਦੇ ਵਿੱਚ ਕਿੰਨੇ ਕੁ ਲੋਕਾਂ ਦੀ ਆਪਸ ਝਗੜਾ ਹੋਇਆ? ਮੁੰਡੇ ਕਿੰਨੇ? ਮੁੰਡੇ 8-10 ਸੀ, ਦੋਵਾਂ ਪਾਰਟੀਆਂ ਦੇ 10, ਉਧਰੋਂ 10, ਇਹ 2-3 ਜਾਣੇ ਸੀਗੇ ਰਾਜਪੂਤਣੀ, ਇਹਨਾਂ ਬਾਅਦ ਚੋਂ ਇਹਨਾਂ ਦੇ ਆਏ। ਪੈਸੇ ਦਾ ਪਤਾ ਲੱਗਾ ਵੀ ਕੀ ਲੈਣ ਦੇ ਨੇ? ਨਾਲ ਵੈਸੇ ਧਾਰੇ 60,000 ਰੁਪਏ ਦਿੱਤਾ ਸੀ ਇਹਨੇ ਬੁੱਧੂ ਨਾਲ ਪਹਿਲਾਂ, ਆਪੋ ਜਿਹੜਾ ਹੈਗਾ ਪ੍ਰੇਮ ਪਿਆਰ, ਉਹ 150 ਪੈਸੇ ਲੈਣ ਦੇ ਉੱਤਰ ਨਹੀਂ। ਕਿੰਨੇ ਬੰਦਿਆਂ ਨੂੰ ਯਾਨੀ ਕਿ ਉੱਥੋਂ ਖੜਿਆ ਜੀ? ਹਾਂਜੀ ਪੁੱਛਗਿੱਛ ਵਾਸਤੇ, ਪੁੱਛਗਿੱਛ ਕਰਨੇ ਆ, ਕਰਦੇ ਉੱਥੇ ਖੜਾ ਬੰਦੇ ਖੜੇ ਕੋਈ? ਜਿਹੜੇ ਪਿਸਟਲ ਵਰਤੇ ਗਏ ਆ ਉਹ ਲਾਇਸੈਂਸੀ ਹੀ ਜਾਂ ਫਿਰ? ਨਹੀਂ ਇਹ ਵੀ ਪਾਰਟ ਦਾ ਤਸਦੀਕ ਤਾਂ ਕਰਾਂਗੇ, ਜੇ ਪਤਾ ਲੱਗਿਆ ਦਸਤਾਨੀਆਂ ਪੈਣਗੀਆਂ ਤੁਹਾਨੂੰ। ਠੀਕ ਹੈ। ਕਿੰਨੇ ਜਾਣੇ ਜਿਹੜੇ ਜ਼ਖਮੀ ਹੋਏ? 2 ਜ਼ਖਮੀ। ਕੰਡੀਸ਼ਨ ਕੀ ਹੈਗੀ ਉਹਨਾਂ? ਠੀਕ ਨੇ, ਇਹ ਫਿਰ ਸਿਰ ਦਰਦ ਲੱਗਾ ਵਾ, ਪਹੁੰਚਦੇ ਪਤਾ ਕੀਤਾ, ਹਸਪਤਾਲ ਫੋਨ ਆਇਆ ਇਹਨਾਂ ਵੀ ਠੀਕ ਹੈ, 3,000 ਹਥਿਆਰ ਅਤੇ ਰੋੜਾ ਦੇ ਚਾਰ ਰੋੜਾ ਚੱਕੇ ਤੇ, ਬਾਕੀ ਜੇ ਫਾਇਰਿੰਗ ਹੋਈ ਜਾਂਦੇ ਫਾਇਰਿੰਗ ਆਪਾਂ ਜਿਹੜਾ 60,000 ਦਾ ਲੈਣ ਦੇਣ ਸੀ, ਕਿਸ ਚੀਜ਼ ਦਾ 60,000 ਰੁਪਇਆ ਲੈਣਾ ਸੀ? ਧਾਰੇ 60,000 ਰੁਪਇਆ ਦਿੱਤਾ ਸੀ ਇਹਨੇ ਰਾਜਵੀਰ ਨੇ ਬੁੱਧੂ। ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਹੁਣ ਬਿਆਨ ਲੈ ਕੇ ਉਹਨਾਂ ਨੇ ਬਿਆਨ ਲਿਖਦੇ ਆ, ਬਿਆਨ ਲੈ ਕੇ ਜੋ ਬਿਆਨ ਦੇ ਉਹ ਹਿਸਾਬ ਨਾਲ ਕਰੀ ਕੀਤੀ ਜਾਵੇ। ਠੀਕ ਹੈ ਜੀ।